ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਵੀਰਵਾਰ 1 ਫਰਵਰੀ ਨੂੰ ਮੌਜੂਦਾ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ 58 ਮਿੰਟ ਤੱਕ ਉਹਨਾਂ ਨੇ ਸੰਸਦ ਵਿੱਚ ਭਾਸ਼ਣ ਦਿੱਤਾ ਇਹ ਜਿਹੜਾ ਅੰਤਰੀਮ ਬਜਟ ਹੈ ਕਿਉਂਕਿ ਆਮ ਚੋਣਾਂ ਲੋਕ ਸਭਾ ਦੀਆਂ ਚੋਣਾਂ ਅਪ੍ਰੈਲ ਜਾਂ ਮਈ ਦੇ ਵਿੱਚ ਹੋਣ ਜਾ ਰਹੀਆਂ ਨੇ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਫਿਰ ਜੁਲਾਈ ਦੇ ਵਿੱਚ ਪੂਰਾ ਬਜਟ ਪੇਸ਼ ਕੀਤਾ ਜਾਵੇਗਾ ਕਿਉਂਕਿ ਇਸੇ ਲਈ ਹੀ ਇਸ ਨੂੰ ਅੰਤਰੀਮ ਬਜਟ ਕਹਿੰਦੇ ਹੈ ਔਰ ਵੱਡੀ ਗੱਲ ਇਹ ਵੀ ਹੈ ਕਿ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਇਹ ਆਖਰੀ ਬਜਟ ਹੈ ਤੇ ਨਵੀਂ ਸੰਸਦ ਦੇ ਵਿੱਚ ਇਹ ਪਹਿਲਾ ਬਜਟ ਹੈ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਆਪਣੇ ਕਾਰਜਕਾਲ ਦਾ ਇਹ ਛੇਮਾ ਬਜਟ ਪੇਸ਼ ਕੀਤਾ ਹੈ ਵਿੱਤ ਮੰਤਰੀ ਨੇ ਸੰਸਦ ਵਿੱਚ ਕਿਹਾ ਕਿ ਅਸੀਂ ਅੰਤਰੀਮ ਬਜਟ ਦੀ ਪਰੰਪਰਾ ਨੂੰ ਜਾਰੀ ਰੱਖਿਆ ਅੰਤਿਮ ਅੰਤਰੀਮ ਬਜਟ ਦੀ ਪਰੰਪਰਾ ਯਾਨੀ ਕਿ ਅੰਤਰੀਮ ਬਜਟ ਦੇ ਵਿੱਚ ਕੋਈ ਵੀ ਲੋਕ ਲੁਭਾਓ ਐਲਾਨ ਨਹੀਂ ਕੀਤੇ ਜਾਂਦੇ ਇਹੀ ਕਾਰਨ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੇ ਅਜਿਹੇ ਐਲਾਨ ਕਰਨ ਤੋਂ ਗੁਰੇਜ਼ ਕਰਦੀ ਹੈ ਜਦੋਂ ਅੰਤਰੀਮ ਬਜਟ ਪੇਸ਼ ਕਰਨਾ ਹੋਵੇ ਹਾਲਾਂਕਿ ਅੰਤਰੀਮ ਬਜਟ ਦੇ ਵਿੱਚ ਪੰਜ ਸੈਕਟਰ ਤੇ ਫੋਕਸ ਰਿਹਾ ਜਿਸ ਦੇ ਵਿੱਚ ਗਰੀਬ ਔਰਤਾਂ ਨੌਜਵਾਨ ਕਿਸਾਨ ਤੇ ਨਾਲ ਦੀ ਨਾਲ ਮਿਡਲ ਵਰਗ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਕਿ ਇਸ ਬਜਟ ਦੇ ਵਿੱਚ ਆਮ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਦੋ ਵੱਡੀਆਂ ਗੱਲਾਂ ਤੇ ਪਹਿਲਾ ਇਨਕਮ ਟੈਕਸ ਸਲੈਬ ਇਨਕਮ ਟੈਕਸ ਚ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਸਿੱਧੇ ਜਾਂ ਅਸਿੱਧੇ ਟੈਕਸ ਸਲੇਬਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਨਕਮ ਟੈਕਸ ਕਲੈਕਸ਼ਨ 10 ਸਾਲਾਂ ਚ ਤਿੰਨ ਗੁਣਾ ਵਧੀ ਹੈ ਇਹ ਦਾਵਾ ਕੀਤਾ ਗਿਆ ਵਿੱਤੀ ਘਾਟਾ ਜਿਹੜਾ ਉਹ 5.1 ਫੀਸਦ ਰਹਿਣ ਦਾ ਸਰਕਾਰ ਦਾ ਅਨੁਮਾਨ ਹੈ ਤੇ 2025-26 ਤੱਕ ਘਾਟੇ ਨੂੰ ਹੋਰ ਕੰਟਰੋਲ ਕੀਤਾ ਜਾਏਗਾ ਚਾਲੂ ਬਰੇ ਚ 44.90 ਲੱਖ ਕਰੋੜ ਰੁਪਏ ਦਾ ਖਰਚਾ ਹੋਣ ਦਾ अनुमान ਹੈ ਸਰਕਾਰ ਦਾ ਤੇ ਮਾਲੀਆ ਜੋ ਇਕੱਠਾ ਹੋਣਾ ਉਹ 30 ਲੱਖ ਕਰੋੜ ਰੁਪਏ ਇਕੱਠਾ ਹੋਣ ਦਾ ਅਨੁਮਾਨ ਹੈ ਦੂਸਰਾ ਕੁਝ ਵੀ ਸਸਤਾ ਜਾਂ ਮਹਿੰਗਾ ਨਹੀਂ ਹੋਇਆ ਬਜਟ ਦੇ ਵਿੱਚ ਕੁਝ ਵੀ ਸਸਤਾ ਜਾਂ ਮਹਿੰਗਾ ਨਹੀਂ ਹੋਇਆ ਕਿਉਂਕਿ 2017 ਚ ਲਾਗੂ ਹੋਏ ਜੀਐਸਟੀ ਤੋਂ ਬਾਅਦ ਬਜਟ ਚ ਸਿਰਫ ਕਸਟਮ ਡਿਊਟੀ ਐਕਸਾਈਜ਼ ਡਿਊਟੀ ਵਧਾਈ ਜਾਂ ਘਟਾਈ ਜਾਂਦੀ ਹੈ ਜਿਸ ਨਾਲ ਕੁਝ ਚੀਜ਼ਾਂ ਤੇ ਹੀ ਪ੍ਰਭਾਵ ਹੁੰਦਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਸਰਕਾਰ ਨੇ ਕਿਹੜੇ ਉਹ ਪੰਜ ਸੈਕਟਰ ਹੈ ਜਿਸ ਤੇ ਸਭ ਤੋਂ ਵੱਧ ਧਿਆਨ ਦਿੱਤਾ ਹੈ ਪਹਿਲਾ ਹੈ ਗਰੀਬਾਂ ਲਈ ਸਰਕਾਰ ਨੇ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦਾ ਦਾਵਾ ਕੀਤਾ ਹੈ ਗਰੀਬ ਕਲਿਆਣ ਯੋਜਨਾ ਦੇ ਤਹਿਤ ਖਾਤਿਆਂ ਦੇ ਵਿੱਚ 34 ਲੱਖ ਕਰੋੜ ਰੁਪਏ ਭੇਜੇ ਗਏ ਨੇ ਇਹ ਵੀ ਦਾਵਾ ਕੀਤਾ ਹੈ ਹਰ ਘਰ ਤੱਕ ਪਾਣੀ ਬਿਜਲੀ ਗੈਸ ਵਿੱਤੀ ਸੇਵਾਵਾਂ ਮਾ ਅਤੇ ਸਾਰਿਆਂ ਲਈ ਬੈਂਕ ਖਾਤੇ ਖੋਲਣ ਲਈ ਕੰਮ ਕੀਤਾ ਹੈ ਇਹ ਦਾਅਵੇ ਕਿਤੇ ਗਏ ਭੋਜਨ ਸੰਬੰਧੀ ਚਿੰਤਾਵਾਂ ਦਾ ਹੱਲ ਕੀਤਾ ਗਿਆ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਇਆ ਗਿਆ ਬੁਨਿਆਦੀ ਲੋੜਾਂ ਪੂਰੀਆਂ ਹੋ ਗਈਆਂ ਜਿਸ ਕਾਰਨ ਪਿੰਡੂ ਖੇਤਰਾਂ ਦੇ ਲੋਕਾਂ ਦੀ ਆਮਦਨ ਵਧੀ ਹੈ ਦੂਸਰਾ ਔਰਤਾਂ ਲਈ ਮਤਸਿਆ ਸੰਪਦਾ ਯੋਜਨਾ ਦੇ ਨਾਲ 55 ਲੱਖ ਲੋਕਾਂ ਨੂੰ ਨਵਾਂ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ 5 ਇਕਕ੍ਰਿਤ ਐਕਵਾਪਾਰਕ ਸਥਾਪਿਤ ਕੀਤੇ ਜਾਣਗੇ ਲਗਭਗ 1 ਕਰੋੜ ਔਰਤਾਂ ਲਖਪਤੀ ਦੀਦੀ ਬਣ ਗਈਆਂ ਨੇ ਹੁਣ 3 ਕਰੋੜ ਲਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਗਿਆ ਤੀਸਰਾ ਨੌਜਵਾਨਾਂ ਦੇ ਲਈ ਸਕਿੱਲ ਇੰਡੀਆ ਮਿਸ਼ਨ ਦੇ ਤਹਿਤ 1.4 ਕਰੋੜ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ 54 ਲੱਖ ਨੌਜਵਾਨਾਂ ਨੂੰ ਲੋਕਾਂ ਨੂੰ ਦੁਬਾਰਾ ਸਿਖਲਾਈ ਮਿਲੀ ਹੈ 3000 ਨਵੀਆਂ ਆਈਟੀਆਈ ਬਣਾਈਆਂ ਗਈਆਂ ਉੱਚ ਸਿੱਖਿਆ ਦੇ ਲਈ 7 ਆਈਆਈਟੀ 16 IIT 7 IIM 15 AIA MS ਅਤੇ 390 ਯੂਨੀਵਰਸਟੀਆਂ ਦੀ ਸਥਾਪਨਾ ਕੀਤੀ ਗਈ ਹੈ ਚੌਥੇ ਨੰਬਰ ਤੇ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ 11.8 ਕਰੋੜ ਲੋਕਾਂ ਨੇ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਹੈ 4 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਦਿੱਤਾ ਗਿਆ ਪੰਜਵਾਂ ਆ ਜਾਂਦਾ ਮੱਧ ਵਰਗ ਲਈ ਯਾਨੀ ਕਿ ਮਿਡਲ ਕਲਾਸ ਦੇ ਲਈ ਸਰਕਾਰ ਮੱਧ ਵਰਗ ਲਈ ਆਵਾਸ ਯੋਜਨਾ ਲਿਆਵੇਗੀ ਅਗਲੇ 5 ਸਾਲਾਂ ਚ 2 ਕਰੋੜ ਘਰ ਜਿਹੜੇ ਆ ਉਹ ਬਣਾਏ ਜਾਣਗੇ ਪੀਐਮ ਆਵਾਸ ਤਹਿਤ 3 ਕਰੋੜ ਘਰ ਬਣਾਏ ਗਏ ਨੇ ਤੇ ਹੁਣ ਨਜ਼ਰ ਮਾਰਦੇ ਆ ਕਿ ਇਸ ਅੰਤਰੀਮ ਬਜਟ ਦੇ ਵਿੱਚ ਸਰਕਾਰ ਨੇ ਹੋਰ ਕੀ ਕੁਝ ਰੱਖਿਆ ਕੀ ਦਾਅਵੇ ਕੀਤੇ ਐ 10 ਸਾਲਾਂ ਦੇ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਗਈ ਅਤੇ ਦੇਸ਼ ਦੇ ਵਿੱਚ 1000 ਤੋਂ ਵੱਧ ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਗਿਆ ਬੁਨਿਆਦੀ ਢਾਂਚੇ ਤੇ 11 ਲੱਖ 11 ਹਜ਼ਾਰ 111 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਦੇ ਖਰਚ 'ਚ 11% ਦਾ ਵਾਅਦਾ ਕੀਤਾ ਜਾ ਰਿਹਾ ਹੈ। ਰੇਲਵੇ ਲਈ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਵੰਦੇ ਭਾਰਤ 'ਚ 40 ਹਜ਼ਾਰ ਬੋਗੀਆਂ ਨੂੰ ਅਪਗ੍ਰੇਡ ਕੀਤਾ ਗਿਆ। ਪ੍ਰਧਾਨ ਮੰਤਰੀ ਸੂਰਜ ਉਦੇ ਯੋਜਨਾ ਦੇ ਤਹਿਤ ਉਹਨਾਂ ਲੋਕਾਂ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਵੇਗੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੋਲਰ ਸਿਸਟਮ ਲੱਗਿਆ ਹੋਇਆ ਹੈ। ਦੇਸ਼ ਭਰ ਦੇ ਵਿੱਚ 1 ਕਰੋੜ ਘਰਾਂ ਦੇ ਵਿੱਚ ਛੱਤ ਵਾਲੇ ਸੋਲਰ ਪੈਨਲ ਲਗਾਏ ਜਾਣਗੇ ਤਾਂ ਇਹ ਸੀ ਬਜਟ ਕੇਂਦਰ ਦੀ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਆਖਰੀ ਬਜਟ ਤੇ ਨਵੀਂ ਸੰਸਦ ਦਾ ਪਹਿਲਾ ਬਜਟ ਇਸ ਦੇ ਵਿੱਚ ਤੁਹਾਨੂੰ ਕੀ ਲੱਗਾ ਹੈ ਕਿ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਇਸ ਦੇ ਵਿੱਚ ਇਹ ਕਮੀ ਹੋਣੀ ਕਮੀ ਹੈ ਜਾਂ ਫਿਰ ਇਹ ਜਿਹੜਾ ਹੈ ਸਹੀ ਜਿਹੜਾ ਕਦਮ ਚੁੱਕਿਆ ਸਰਕਾਰ ਨੇ ਇਸ ਬਜਟ ਦੇ ਵਿੱਚ ਫਿਲਹਾਲ ਜੁਲਾਈ ਦੇ ਵਿੱਚ ਨਵਾਂ ਜਿਹੜਾ ਪੂਰਾ ਬਜਟ ਪੇਸ਼ ਕਰੇਗੀ ਕੇਂਦਰ ਦੀ ਸਰਕਾਰ ਜੋ ਨਵੀਂ ਬਣੇਗੀ ਲੋਕ ਸਭਾ ਚੋਣਾਂ ਤੋਂ ਬਾਅਦ ਫਿਲਹਾਲ ਮੋਦੀ ਸਰਕਾਰ ਦਾ ਇਹ ਅੰਤਰੀਮ ਬਜਟ ਸੀ 58 ਮਿੰਟ ਦਾ ਭਾਸ਼ਣ ਜਿਹੜਾ ਹੈਗਾ ਉਹ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਦਿੱਤਾ ਨਿਰਮਲਾ ਸਿਤਰਮਨ ਨੇ ਆਪਣੇ ਕਾਰਜਕਾਲ ਦਾ ਇਹ ਛੇਮਾ ਬਜਟ ਪੇਸ਼ ਕੀਤਾ